ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਰਾਜਨ ਬੈਂਸ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲਿਆਇਆ। RCP ਦੇ ਟਰੈਕਟਰ ਬਣਾਇਆ ਜੋ ਕਿ ਛੋਟਾ, ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਮੈਂ ਅੱਗੇ ਵੀਡੀਓ 'ਚ ਦਿਖਾਉਂਦਾ ਰਹਿੰਦਾ। ਅਤੇ ਪੀ ਟਰੈਕਟਰ ਤਾਂ ਬਣਾਇਆ ਕਿਉਂਕਿ ਮੇਰੇ ਫਰੈਂਡ ਨੇ ਮੈਨੂੰ ਕਿਹਾ ਸੀਗਾ ਕਿ ਪੀ ਟਰੈਕਟਰ ਬਣਾ ਦੇ। ਮੈਂ ਕਿਹਾ ਚਲੋ ਬਣਾ ਦਿੰਦਾ, ਤੁਹਾਨੂੰ ਪਤਾ ਟਾਈਮ ਵੀ ਬਹੁਤ ਔਖਾ, ਟਾਈਮ ਨਿਕਲਦਾ ਵੀ ਨਹੀਂ ਹੈ। ਉਹ ਵੀ ਬੇਚਾਰਾ ਤੰਗ ਹੋ ਗਿਆ ਕਾਲ ਕਰ ਕਰਕੇ ਵੀ ਹਾਂ ਕਦੋਂ ਬਣਾਏਗਾ, ਕਦੇ ਬਣਾਏਗਾ। ਮੈਂ ਵੀ ਕਹਿੰਦਾ ਬਣਾ ਦੂੰਗਾ। ਹੁਣ ਫਾਈਨਲੀ ਮੈਂ 2 ਦਿਨ 'ਚ ਬਣਾ ਦਿਆ ਟਰੈਕਟਰ, ਉਹਦਾ ਪ੍ਰੀ ਟਰੈਕਟਰ, ਕਿਉਂਕਿ ਮੈਂ ਬਸ ਬਣਾਉਂਦੇ ਹੋਏ ਵੀਡੀਓ ਨਹੀਂ ਬਣਾਈ ਕਿਉਂਕਿ ਟਾਈਮ ਲੱਗਦਾ ਸੀਗਾ। ਅਤੇ ਇਸ ਰਹੋ ਵੀਡੀਓ ਦੀ ਐਂਡ ਤੱਕ। ਆਹ ਟਰੈਕਟਰ ਬਣਾਇਆ ਮੈਂ ਪ੍ਰੀ ਟਰੈਕਟਰ, ਅਤੇ ਟਰੈਕਟਰ 'ਚ ਆਪਾਂ ਆਹ ਸਮਾਨ ਸਾਰਾ ਕੱਢ ਕੇ ਲਾਇਆ ਮਸ਼ੀਨ ਦਾ ਸਮਾਨ ਸਾਰਾ ਕੱਢ ਕੇ ਲਾਇਆ ਕਿਉਂਕਿ ਇਹ ਟਰੈਕਟਰ ਤਿਆਰ ਕਰਕੇ ਦੇਣਾ ਸੀਗਾ। ਅਤੇ ਆਹ ਟਰੈਕਟਰ ਆਹ ਰਿਮੋਟ ਹੈ ਟਰੈਕਟਰ ਦਾ, ਅਤੇ ਟਰੈਕਟਰ ਦੇ ਦੋਨੋਂ ਟਾਇਰ ਕੰਮ ਕਰਦੇ ਨੇ। ਅਤੇ ਆਹ ਨੀਚੇ ਮੈਂ ਦੋ ਮੋਟਰਾਂ ਲਾਈਆਂ, ਆਹ ਟਾਇਰ ਅਲੱਗ ਕੰਮ ਕਰਦਾ ਅਤੇ ਆਹ ਅਲੱਗ ਕੰਮ ਕਰਦਾ, ਜਿਵੇਂ ਕਿ ਤੁਹਾਨੂੰ ਮੈਂ ਚਲਾ ਕੇ ਦਿਖਾਉਂਦਾ। ਕਿਉਂਕਿ ਆਹ ਬੈਟਰੀ ਹੈ, ਬੈਟਰੀ ਤਾਂ ਵੀ ਬੈਟਰੀ ਹੁਣ ਮਿਲਦੀ ਨਹੀਂ ਬੈਨਕੂਡ ਕਰਕੇ, ਜਿਹੜਾ ਐਪ ਹੈ ਬੈਨਕੂਡ ਐਪ ਹੈ ਉਹ ਤੁਹਾਨੂੰ ਪਤਾ ਹੀ ਹੈ ਇੰਡੀਆ 'ਚ ਬੈਨ ਕੀਤਾ ਹੈ। ਅਤੇ ਆਹ ਆਪਾਂ ਲਾ ਦੀ ਬੈਟਰੀ, ਅਤੇ ਆ ਰਿਹਾ ਰਿਮੋਟ ਜਿਸਦੀ ਦਾ, ਅਤੇ ਆਪਾਂ ਰਿਮੋਟ ਚੁਕਾਵਾਂਗੇ ਦੋ ਸਾਰੇ ਪਲੱਸ ਨਾਲ, ਪਲੱਸ ਮਾਈਨਸ ਨਾਲ ਮਾਈਨਸ ਕਰਕੇ ਪਾ ਦਿਓ। ਅਤੇ ਆਹ ਲਾ ਆਹ ਪਿੱਛੇ ਆਪਣਾ ਓਵਰ ਕਰਕੇ, ਅਤੇ ਆਹ ਟਰੈਕਟਰ ਆਹ ਦੋ ਰਿਮੋਟ ਦਾ ਆਹ ਦੋਨੋਂ ਬਟਨ ਦੱਬਾਂਗੇ ਤਾਂ ਟਰੈਕਟਰ ਅੱਗੇ ਚੱਲੂਗਾ, ਜੇਕਰ ਜੇਕਰ ਆਪਾਂ ਦੋਨੋਂ ਬਟਨ ਦੱਬਾਂਗੇ ਤਾਂ ਪਿੱਛੇ ਚੱਲੂਗਾ। ਅਤੇ ਜੇ ਆਪਾਂ ਇੱਧਰ ਮੋੜਨਾ ਤਾਂ ਲਾਈਕ ਕਰੋ, ਸਬਸਕ੍ਰਾਈਬ ਕਰੋ, ਲਾਈਕ ਜਿਹੜੇ ਨਵੇਂ ਜਿਹੜੇ ਚੈਨਲ ਮੇਰਾ ਦੇਖੋ ਨਾ, ਪਲੀਜ਼ ਸ਼ੇਅਰ ਕਰੋ, ਸਹਿਯੋਗ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ।